ਹੈਲੋ, ਸਤਿ ਸ਼੍ਰੀ ਅਕਾਲ ਭੈਣ ਅਤੇ ਭਰਾਵੋ, ਸਤਿ ਸ਼੍ਰੀ ਅਕਾਲ ਸਭ ਨੂੰ। ਮੈਂ ਠੀਕ ਠਾਕ ਹਾਂ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਵੀ ਸਭ ਠੀਕ ਹੀ ਹੋਵੋਗੇ। ਅੱਜ ਜਨਵਰੀ 26 ਹੈ ਜੀ, 2024। ਸਵੇਰੇ ਉੱਠੇ ਹਾਂ। ਠੰਡ ਅੱਜ ਵੀ ਬਹੁਤ ਹੈ, ਦੇਖ ਲਓ ਡਬਲ ਕੋਟੀਆਂ ਪਾਈਆਂ। ਮੀਂਹ ਪੈਂਦੇ ਇਹਨਾਂ ਦਿਨਾਂ 'ਚ, ਠੰਡ ਅੱਜ ਵੀ ਕਾਫੀ ਆ। ਸਵੇਰਾ ਹਜੇ ਸਵੇਰ ਦੇ 9 ਵਜੇ ਆ। ਆਹ ਰੇਡੀਏਟਰ ਆ ਜੀ, ਇਹਨੂੰ ਰੇਡੀਏਟਰ ਕਹਿੰਦੇ, ਜਿਹੜਾ ਠੰਡਾ ਕਰਦਾ ਇੰਜਣਾਂ ਨੂੰ। ਇਹ ਆਈਸਕ੍ਰੀਮ ਬੈਨ ਦਾ ਰੇਡੀਏਟਰ ਖਰਾਬ ਹੋ ਗਿਆ ਸੀਗਾ ਅਤੇ ਲੀਕ ਕਰਨ ਲੱਗ ਪਿਆ ਸੀ। ਨਵਾਂ ਪਾਉਣਾ ਅੱਜ, ਜਿਹੜਾ ਚਿੱਟਾ ਘੋੜਾ ਖੜਾ ਦਿਸਦਾ ਇਹਦਾ ਪਾਉਣਾ ਜੀ। ਅੱਜ ਰੇਡੀਏਟਰ ਮਕੈਨਿਕ ਦੀ ਵੇਟ ਕਰਦਾ, ਘਰੇ ਪਾ ਦੇਣਾ। ਤਾਂ ਆਏ ਤਾਂ ਬਣਾਉਣੇ, ਫਿਰ ਜੁੜੇ ਜਿਹੇ ਨਾਲ। ਬੈਕ ਸਾਈਡ ਇੱਦਾਂ ਦੀ ਆ, ਦੇਖ ਲਓ, ਦਿਖਾ ਰਹੇ ਹਾਂ। ਆਹ ਨਿਆਣੇ ਜਦੋਂ ਆਲੇ ਦੁਆਲੇ ਹੁੰਦੇ ਆ, ਵੀ ਸੇਫਟੀ ਵਾਸਤੇ ਵਾਰਨਿੰਗ ਲਿਖੀ ਹੋਈ, ਚਿਲਡਰਨ ਕਰੋਸਿੰਗ ਸਟਾਪ। ਜੇ ਗੱਡੀ ਅਸੀਂ ਖੜ੍ਹੇ ਸਾਈਡ 'ਤੇ ਵੇਚਦੇ ਹਾਂ ਤਾਂ ਉਹਨਾਂ ਨੂੰ ਗੱਡੀ ਨੂੰ ਰੁਕਣਾ ਪਊਗਾ ਜੇ ਸਟਾਪ ਸਾਈਨ ਦਾ, ਜਿਹੜਾ ਮਤਲਬ ਇਹ ਹੁੰਦਾ। ਫਰੰਟ ਵਾਲਾ ਪਾਸਾ ਇੱਦਾਂ ਦਾ ਜੀ, ਮੂਹਰੇ ਵੀ ਸਾਈਨ ਲੱਗਾ, ਬਕਾਇਦਾ ਲਾਉਣਾ ਪੈਂਦਾ ਸਟਾਪ ਸਾਈਨ ਦਾ। ਨਿਆਣੇ ਆਲੇ ਦੁਆਲੇ ਘੁੰਮਦੇ ਆ ਨਾ ਜਦੋਂ ਆਈਸਕ੍ਰੀਮ ਵੇਚੀ ਦੀ ਆ, ਅਸੀਂ ਲੈਣੇ ਆ ਨਾਲੇ ਆਈਸਕ੍ਰੀਮ ਫੜਾਉਣੀ। ਆਹ ਸਾਈਡ ਆ ਮੂਹਰਲੀ, ਆ ਚੀਜ਼ਾਂ ਲਿਖੀਆਂ ਆ ਸਾਰੀਆਂ ਵਿੱਚ, ਕਿਹੜੀ ਕਿਹੜੀ ਆਈਸਕ੍ਰੀਮ ਆ, ਕਿਹੜੀ ਕਿਹੜੀ, ਬਹੁਤ 65 ਕਿਸਮ ਦੀ ਆਈਸਕ੍ਰੀਮ ਹੈ ਜੀ। ਇਹ ਖੋਏ ਵਾਲੀ ਆਈਸਕ੍ਰੀਮ ਹੈ ਜਿੰਨੀ ਵੀ ਹੈਗੀ, ਕੋਈ ਕਰੀਮ ਵਾਲੀ ਆ, ਕੋਈ ਖੋਏ ਵਾਲੀ ਆ, ਕੋਈ ਮੈਂਗੋ ਵਾਲੀ ਆ, ਕੋਈ ਲੈਮਨ ਵਾਲੀ ਆ। ਆਹ ਨਿਆਣਿਆਂ ਦੇ ਖਾਣ ਵਾਲੀਆਂ ਬਹੁਤ ਫੇਸਿੰਗ ਹੁੰਦੀਆਂ, ਫੇਸ ਵਾਲੀਆਂ। ਆਹ ਦੇਖ ਲਓ ਜੀ, ਕਿੰਨੇ ਕਿਸਮ ਦੀਆਂ ਆਈਸਕ੍ਰੀਮਾਂ ਇੱਥੇ ਸਭ ਖਾਈ ਜਾਂਦੇ। ਮੀਂਹ ਨਾ ਪੈਂਦਾ ਹੋਵੇ, ਸਿਆਲ ਹੋਵੇ ਚਾਹੇ ਗਰਮੀ ਹੋਣ, ਰੋਜ਼ੇ ਖਾਣੀਆਂ ਨੇ। ਸਿਰ ਮੀਂਹ ਪੈਂਦੀ ਨਾ ਪੈਂਦਾ, ਮੀਂਹ 'ਚ ਨਹੀਂ ਲੈਂਦੇ ਖਾਂਦੇ। ਜਿੱਦਾਂ ਬਾਰਿਸ਼ ਪੈਂਦੀ ਹੋਵੇ ਉੱਦਾਂ ਨਹੀਂ ਖਾਣੀ, ਨਹੀਂ ਤਾਂ ਹਰ ਵੇਲੇ ਵਿਕਣੀ। ਚਾਹੇ ਤੁਸੀਂ ਲੋਹੜੀ ਵਾਲੇ ਦਿਨਾਂ 'ਚ ਵੀ ਚਲ ਜਾਓ, ਸਿਆਲ ਦੇ ਦਿਨਾਂ 'ਚ ਤਾਂ ਵੀ ਵਿਕਦੀ ਹੈ ਆਈਸਕ੍ਰੀਮ। ਵੇਚਣੇ ਦੇ ਟਾਈਮ ਜੀ ਬਹੁਤ ਚੀਜ਼ਾਂ ਦਾ ਖਿਆਲ ਰੱਖਣਾ ਪੈਂਦਾ। ਹੈਂਡ ਸੈਨਾਟਾਈਜ਼ਰ ਆ, ਦੇਖ ਲਓ, ਹੱਥਾਂ ਨੂੰ ਜਰਾਸੀਨਾ ਲੱਗੇ ਹੋਣ, ਉਹ ਸਾਫ਼ ਬੈਕਟੀਰੀਆ ਮਾਰਨ ਵਾਸਤੇ ਹੱਥ ਨਾਲ ਲਾਉਣਾ ਪੈਂਦਾ। ਦਸਤਾਨੇ ਬਕਾਇਦਾ ਪਾਉਣੇ ਪੈਂਦੇ ਆ, ਕਈ ਦਰਜਨਾਂ ਤਾਂ ਦਸਤਾਨੇ ਦੀਆਂ ਖਰਾਬ ਹੋ ਜਾਂਦੀਆਂ, ਕਿਉਂਕਿ ਬਰਫ਼ ਆ ਨਾ, ਬਰਫ਼ ਦੇ ਵਿੱਚ ਜਦੋਂ ਹੱਥ ਪਾਉਣਾ ਆਈਸਕ੍ਰੀਮ ਕੱਢਣੀ, ਹੱਥ ਖਰਾਬ ਹੁੰਦੇ ਰਹਿੰਦੇ ਆ। ਇੱਕ ਆਹ ਫਰਿੱਜ ਪਿਆ ਜੀ ਵਿੱਚ ਛੋਟਾ, ਵਿੱਚ ਸੋਡੇ ਪਾਣੀ ਇਹ ਵੀ ਰੱਖੇ ਹੋਏ, ਪਾਣੀ ਵਗੈਰਾ ਠੰਡਾ। ਆਹ ਵਿੱਚੋਂ ਆਈਸਕ੍ਰੀਮ ਦੇਖ ਲਓ ਜੀ, ਕਿੰਨੇ ਕਿਸਮ ਦੀ ਇਹ, ਕਿੰਨੇ ਕੱਪ ਆ, ਸਾਰੀਆਂ ਖੋਏ ਵਾਲੀਆਂ, ਨਿੰਬੂ ਵਾਲੀਆਂ, ਲੈਮਨ ਵਾਲੀਆਂ, ਬਹੁਤ ਕਿਸਮ ਦੀ ਆਈਸਕ੍ਰੀਮ ਹੈ ਜੀ। ਆਹ ਸਨਿਕਰ ਆਈਸਕ੍ਰੀਮ, ਚੋਕਲੇਟ, ਆਹ ਸੈਂਡਵਿਚ ਬਹੁਤ ਵਧੀਆ ਹੁੰਦੇ ਆ, ਇਹ ਉਹ ਵੇਗੜੇ ਉੱਪਰ ਲੂਕਾਸ, ਸੋ ਮੈਨੀ ਥਿੰਗਸ ਹੁੰਦੀਆਂ। ਆਹ ਚਿਪਸ ਅਤੇ ਟਾਕੀਆਂ ਹੁੰਦੀਆਂ, ਇਹ ਬੱਚੇ ਬਹੁਤ ਖਾਂਦੇ, ਨਿਆਣੇ ਸਕੂਲਾਂ ਦੇ ਨਿਆਣੇ ਇਹਨੂੰ ਬਹੁਤ ਲਾਈਕ ਕਰਦੇ। ਦੂਏ ਹੁੰਦੇ ਨਮਕੀਨ, ਹੁੰਦਾ ਜੇ ਨਮਕੀਨ ਵਾਲੇ ਚਿਪਸ। ਕਹਿੰਦੇ ਬੈਗ ਕਰਨ ਤੋਂ ਪਹਿਲਾਂ ਪਿੱਛੇ ਦੇਖੋ, ਅੰਗਰੇਜ਼ੀ 'ਤੇ ਲਿਖਿਆ, ਇਹਦਾ ਮਤਲਬ ਇਹ ਆ ਲੁੱਕ ਬਿਫੋਰ ਬੈਕਿੰਗ। ਪਹਿਲਾਂ ਜੀ ਇਹ 1984 ਦੇ ਟਰੱਕ ਹੈ ਜੀ, ਇਹਨਾਂ ਦੀ ਉਮਰ ਜਿਹੜੀ 40 ਸਾਲ ਦੀ ਆ। ਇਹ ਅਮਰੀਕਨ ਜਿਹੜਾ ਪੋਸਟਲ ਸਰਵਿਸ ਆ ਉਹਨੇ ਗਾਹਾਂ ਸੇਲ ਕੀਤੇ ਹੋ ਆ। 1984 ਮਾਡਲ ਹੈ ਇਹਦਾ, ਅਜੇ ਕਾਰਾਂ ਅੰਗਰੋਂ ਚੱਲਦੇ ਜੀ, 40 ਸਾਲ ਉਮਰ ਹੈ ਇਹਦੀ। ਆਹ ਇੱਥੋਂ ਸ਼ੀਸ਼ੇ ਵਗੈਰਾ ਸਾਰੇ ਅਸੀਂ ਕਢਾ ਕੇ ਜਾਲੀਆਂ ਲਾਈਆਂ, ਦੇਖ ਲਓ ਗਰਮੀਆਂ ਨੂੰ ਹਵਾ ਆਉਣ ਲਈ ਪੱਖੇ ਦੀ ਲੋੜ ਨਹੀਂ, ਪੱਖਾ ਤਾਂ ਹੈਗਾ ਵਿੱਚ ਵੀ, ਪੱਖੇ ਦੀ ਲੋੜ ਨਹੀਂ ਹੈ। ਆਲੇ ਦੁਆਲੇ ਸਾਰੇ ਜਾਲੀਆਂ, ਸਿੱਧੀ ਹਵਾ ਪੈਂਦੀ, ਫਨ ਫਨ। ਇਸ ਘੋੜੇ ਦੀ ਜੀ ਉਮਰ 40 ਸਾਲ ਆ। ਉਹ ਜਿਹੜਾ ਪਰਲਾ ਆ ਉਹਦੀ, ਉਹ 83 ਦਾ ਜਨਮਿਆ ਉਹਦਾ, ਇਹਦਾ 84 ਦਾ ਜਨਮਿਆ, ਇਹ 40 ਦਾ, ਉਹ 41 ਸਾਲ ਦਾ ਹੋ ਗਿਆ। ਇਹ ਸਾਂਭ ਆ ਜੀ, ਇਹਦੇ ਸਾਹਮਣਾ ਰਹਿੰਦੇ, ਇਹਦਾ ਜੋ ਮਰਜ਼ੀ ਬਣਾ ਲਓ, ਪੈਸੇ ਲੱਗਦੇ, ਜੋ ਮਰਜ਼ੀ ਇਹਦੇ ਸਮਾਨ ਪਾ ਲਓ, ਤਵੱਜੋ ਦਿਓ ਤਾਂ ਫਿਰ ਨਹੀਂ ਇਹਨਾਂ ਨੂੰ ਕੁਛ ਵੀ ਹੁੰਦਾ। ਤਾਂ ਕਾਰਾਂ ਨਾਲ ਵੀ ਵਧੀਆ ਚੱਲਦੇ ਆ। ਇਹ ਬੰਦਾ ਘਾਹ ਵੱਢਣ ਆਉਂਦਾ ਜੀ, ਇਹ ਵੀ 2 ਹਫ਼ਤਿਆਂ ਪਿੱਛੋਂ ਆਉਂਦਾ ਘਰ ਦਾ ਸਾਡਾ ਘਾਹ ਵੱਢਣ, ਆਲਾ ਦੁਆਲਾ ਘਰ ਦਾ ਸਫਾਫ ਕਰਕੇ ਜਾਣਾ ਇਹਨੇ ਮਸ਼ੀਨ ਦੇ ਨਾਲ ਘਾਹ ਵੱਢਣਾ। ਮਹੀਨੇ 'ਚ 2 ਵਾਰੀ ਵੱਢਦਾ ਜੀ। Thank you.
ਬਹੁਤ ਸਾਲ ਹੋ ਗਏ। ਮਕੈਨਿਕ ਆ ਗਿਆ ਜੀ, ਪਾਣ ਰੈਗੂਲੇਟਰ। ਹਾਰ ਯੂ ਮਾਈ ਫਰੈਂਡ? ਵੇਰ ਨਿਊ ਵੇ ਯੂ ਕੈਮ? Nice day today. Yeah, nice work. Just put the new one. Yeah. He changed the this one. Look here. That's the all old. That's the all. Yeah, that's the new. This. Yeah, yeah. I know. The pen was new one. Nice. $450 he charged. Yeah. Yeah. Expensive. Yeah, that's. But now is the that they make it very good. ਨਵਾਂ ਪਾ ਰਹੇ ਹਾਂ ਜੀ ਰੇਡੀਏਟਰ। ਇੱਕ ਮਿੰਟਾਂ 'ਚ ਡਰਿੱਲ ਨਾਲ ਕੱਸ ਦਿੰਦੇ ਜੀ, ਚਾਬੀਆਂ ਨਾਲ ਨਹੀਂ ਮੱਥਾ ਮਾਰਦੇ ਹੈ। ਲਓ ਜੀ ਘੋੜੇ ਦਾ ਨਵਾਂ ਰੇਡੀਏਟਰ ਪੈ ਗਿਆ, ਦੇਖਦੇ ਹੁਣ ਚਲਾ ਕੇ। ਲਓ ਜੀ ਘੋੜਾ ਰੈਡੀ ਹੋ ਗਿਆ, ਹੁਣ ਤਿਆਰ ਬਰਤਰਾਰ। ਨੁੱਕਰੀ ਸਟੈਪ ਚੱਕਦਾ ਘੋੜਾ, ਹੁਣ ਨੁੱਕਰੀ ਸਟੈਪ ਜਿਹੜੇ ਚੱਕਦੀਆਂ ਘੋੜੀਆਂ ਉਸ ਨਸਲ ਦਾ ਘੋੜਾ ਜੀ ਇਹ। ਚੰਗਾ ਜੀ, ਥੈਂਕ ਯੂ। ਮਜ਼ਾਕ ਕਰਦੇ ਜੀ, ਇਹ ਸ਼ੁਗਲ ਕਰਦੇ ਹਾਂ। ਰੱਬ ਰਾਖਾ, ਨੈਕਸਟ ਟਾਈਮ ਅਗਲੇ ਬਲੌਗ 'ਚ ਮਿਲਾਂਗੇ। ਉੱਥੇ ਜੀ ਬਾਏ, ਰੱਬ ਰਾਖਾ, ਖੁਸ਼ ਰਹੋ ਜਿੱਥੇ ਵੀ ਹੈਗੇ ਦੁਨੀਆਂ ਦੇ ਵਿੱਚ, ਜਿੱਥੇ ਵੀ ਹੈਗੇ ਖੁਸ਼ ਰਹੋ। ਰੱਬ ਰਾਖਾ, ਥੈਂਕ ਯੂ।